ਲਓ ਜੀ ਆਪਾਂ ਇਹ ਜਲਾਲਾਬਾਦ ਨੂੰ ਕੈਲੀਫੋਰਨੀਆ ਬਣਾਉਣ ਤੇ ਜਨਤਾ ਦਾ ਧੰਨਵਾਦ ਤੇ ਮਠਿਆਈ ਆਪਾਂ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਖਵਾਉਣੇ ਕਿ ਬੜਾ 25 ਸਾਲ ਰਾਜ ਕਰਾਂਗੇ ਬਹੁਤ ਤਰੱਕੀ ਕਰਾਈ ਇਹਨਾਂ ਨੇ ਜਲਾਲਾਬਾਦ ਦੀ ਡੇਲੀ 5 ਕਰੋੜ ਦਾ ਤੇ ਮਹੀਨੇ ਦਾ 150 ਕਰੋੜ ਦਾ ਤੇ ਸਾਲ ਦਾ 1800 ਕਰੋੜ ਦਾ ਇਹ ਬਾਈ ਉੱਥੋਂ ਰੇਤਾ ਲਿਆਉਂਦਾ ਰਿਹਾ ਇਸ ਗੱਲ 'ਚ ਇਸੇ ਖੁਸ਼ੀ 'ਚ ਆਪਾਂ ਸੁਖਬੀਰ ਸਿੰਘ ਬਾਦਲ ਜੀ ਨੂੰ ਮਠਿਆਈ ਖਵਾਉਣੇ ਹੈ ਜਲਾਲਾਬਾਦ ਦੀਆਂ 15,000 ਵੋਟਾਂ ਦੇ ਫਰਕ ਨਾਲ ਕਹਿੰਦਾ ਰਾਜਾ ਤੜਿੰਗੀ ਰਹਿੰਦਾ ਕੱਲ੍ਹ ਪਰਸੋਂ ਭਾਸ਼ਣ 'ਚ ਕਹਿੰਦਾ ਇੱਕ ਰਾਜਾ ਵੜਿੰਗਾ ਉਹ ਤੜਿੰਗੀ ਰਹਿੰਦਾ ਤੋ ਸੁਖਬੀਰ ਬਾਦਲ ਸਾਹਿਬ ਤੁਹਾਨੂੰ ਲੱਖ ਲੱਖ ਕਰੋੜ ਕਰੋੜ ਮੁਬਾਰਕਾਂ ਅਤੇ ਆ ਬਾਈ ਮੇਰਾ ਮਜੀਠਾ ਕਿਆ ਬਾਤ ਹੈ ਬਾਈ ਥੋੜ੍ਹਾ ਜਿਹਾ ਤੋਤਲਾ ਬੋਲਦਾ ਹੈ ਤੋਤਲਾ ਅਤੇ ਕਹਿੰਦਾ ਬਾਈ ਮੇਰਾ ਬਾਈ ਕਹਿੰਦਾ ਰਾਜਾ ਵੜਿੰਗ ਨੂੰ ਸ਼ਰਮ ਨਾਲ ਆਪਦੇ ਨਾਂ ਦੇ ਅੱਗੋਂ ਰਾਜਾ ਲਾ ਦੇਣਾ ਚਾਹੀਦਾ ਜਿਵੇਂ ਬਾਈ ਤੇਰਾ ਹੁਕਮ ਹੈ ਉਵੇਂ ਹੀ ਕਰਾਂਗੇ ਜੋ ਮੇਰਾ ਵੱਡਾ ਭਰਾ ਕਹੂਗਾ ਸੋ ਜਲਾਲਾਬਾਦ ਵਿੱਚ ਕੀਤੇ ਵਿਕਾਸ ਲਈ ਜਨਤਾ ਦਾ ਧੰਨਵਾਦ ਜਿਹੜਾ ਕਿਲ੍ਹਾ ਸੀਗਾ ਉਹ ਫਤਿਹ ਕਰਤਾ ਅਤੇ ਮਜੀਠੀਆ ਸਾਹਿਬ ਤੁਹਾਨੂੰ ਲੱਖ ਲੱਖ ਕਰੋੜ ਕਰੋੜ ਮੁਬਾਰਕਾਂ ਅਤੇ ਆਦਰਨੀਆ ਸਤਿਕਾਰਯੋਗ ਬੀਬਾ ਜੀ ਸਾਡੇ ਭੈਣ ਜੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਜੀ ਮੈਂ ਉਹਨਾਂ ਨੂੰ ਵੀ ਵਧਾਈ ਦਿੰਦਾ ਬੀਬਾ ਜੀ ਤੁਹਾਡੇ ਕੰਮਾਂ 'ਤੇ ਵਿਕਾਸ 'ਤੇ ਮੋਹਰ ਲਾ ਦਿੱਤੀ ਗਈ ਹੈ ਤੁਹਾਨੂੰ ਪਰਮਾਤਮਾ ਚੜ੍ਹਦੀ ਕਲਾ ਰੱਖੇ ਬੀਬਾ ਜੀ ਨੇ ਵੀ ਰੌਲਾ ਬੜਾ ਪਾਇਆ ਰਾਜਾ ਵੜਿੰਗ ਗੁੰਡਾ ਹੈ ਅਤੇ ਅਸੀਂ ਬੜੇ ਸਾਧ ਹੈ ਲਓ ਬੀਬਾ ਜੀ ਜਨਤਾ ਨੇ ਮੋਹਰ ਲਾ ਦਿੱਤੀ ਵੀ ਗੁੰਡਾ ਕੌਣ ਹੈ ਸਾਧ ਕੌਣ ਹੈ ਬੀਬਾ ਜੀ ਨੂੰ ਲੱਡੂ ਨਹੀਂ ਖਵਾਉਣਾ ਫਿਰ ਲੜ ਪੈਣਗੇ ਬੀਬਾ ਜੀ ਨੂੰ ਵੀ ਇਹਨਾਂ ਨੂੰ ਡੱਬਾ ਹੀ ਦੇ ਦਿੰਦੇ ਹਾਂ ਲਿਆਓ ਡੱਬਾ ਹੀ ਡੱਬਾ ਹੀ ਇਹਨਾਂ ਨੂੰ ਮੁਬਾਰਕਬਾਦ ਆਹ ਡੱਬਾ ਹੀ ਹੈ ਬੀਬਾ ਜੀ ਤੁਹਾਡੇ ਵਾਸਤੇ ਮੈਂ ਆਪਦੇ ਸਤਿਕਾਰਯੋਗ ਆਦਰਣੀਆਂ ਭੈਣ ਜੀ ਨੂੰ ਪੂਰੇ ਦਾ ਪੂਰਾ ਡੱਬਾ ਸੁਖਬੀਰ ਜੀ ਨੂੰ ਇੱਕ ਇੱਕ ਲੱਡੂ ਅਤੇ ਵਿਕਰਮ ਜੀ ਨੂੰ ਅੱਧਾ ਲੱਡੂ ਅਤੇ ਭੈਣ ਜੀ ਨੂੰ ਪੂਰਾ ਡੱਬਾ ਬਹੁਤ ਮੁਬਾਰਕਾਂ ਭੈਣ ਜੀ ਜਿਹੜਾ ਤੁਹਾਡਾ ਕਿਲ੍ਹਾ ਸੀ ਗੜ੍ਹ ਸੀ ਜਿੱਥੇ ਸੁਖਬੀਰ ਸਿੰਘ ਬਾਦਲ ਨੇ ਕੈਲੀਫੋਰਨੀਆ ਬਣਾਇਆ ਜਿੱਥੇ ਉਦਯੋਗ ਲੈ ਕੇ ਆਉਂਦੇ ਜਿੱਥੇ ਫੈਕਟਰੀਆਂ ਲਾਈਆਂ ਸਕੂਲਾਂ 'ਚ ਤਰੱਕੀ ਕੀਤੀ ਔਰ ਪਾਣੀ ਵਾਲੀਆਂ ਬੱਸਾਂ ਚਲਾਈਆਂ ਇਹਨਾਂ ਨੇ ਉੱਥੇ ਸੀਮੈਂਟਡ ਸੜਕਾਂ ਬਣਾ ਦੀਆਂ ਸਾਰਾ ਜਿਹੜਾ ਉਹਨਾਂ ਦਾ ਸਿਹਰਾ ਸੀ ਅੱਜ ਜਲਾਲਾਬਾਦ ਦੀ ਜਨਤਾ ਨੇ ਉਸ ਮਾਰਸ਼ਲ ਲੋਕਾਂ ਨੇ ਅੱਜ ਮੈਨੂੰ ਇਹ ਸਾਰਾ ਜਿਹੜਾ ਸੁਖਬੀਰ ਜੀ ਯਾਰ ਗੁੱਸੇ ਹੋ ਜਾਣਗੇ ਮੇਰੀ ਗੱਲ ਸੁਣੋ ਐਂ ਨਾ ਕਰੋ ਸੁਖਬੀਰ ਜੀ ਤੁਹਾਨੂੰ ਇੱਕ ਹੋਰ ਡੱਬਾ ਲਿਓ ਜੀ ਇੱਕ ਹੋਰ ਡੱਬਾ ਇਹ ਇਹ ਬੀਬਾ ਜੀ ਨੂੰ ਇਹ ਲਓ ਜੀ ਬੀਬਾ ਜੀ ਪੂਰਾ ਲੱਡੂਆਂ ਦਾ ਲਓ ਜੀ ਆ ਫੜੋ ਜੀ ਕੌਣੀ ਚੇਅਰਮੈਨ ਸਾਹਿਬ ਤੁਸੀਂ ਇਹ ਕੰਮ ਨਾ ਕਰੋ ਬੀਬਾ ਜੀ ਨੂੰ ਡੱਬਿਆ ਇਹ ਲਓ ਜੀ ਸੁਖਬੀਰ ਜੀ ਤੁਹਾਨੂੰ ਵੀ ਪੂਰਾ ਡੱਬਾ ਜੀ ਪੂਰੇ ਦਾ ਪੂਰਾ ਡੱਬਾ ਤੁਹਾਡੇ ਨਾਲ ਕੋਈ ਵਿਤਕਰਾ ਨਹੀਂ ਕਿਉਂਕਿ ਸਾਰੀ ਕਿਰਪਾ ਤੁਹਾਡੀ ਹੋਈ ਹੈ ਜੇ ਤੁਸੀਂ ਲੰਮੇ ਲੰਮੇ ਚੌੜੇ ਚੌੜੇ ਭਾਸ਼ਣ ਨਾ ਦਿੰਦੇ ਤੇ ਉੱਥੇ ਮੰਟਾ ਛੰਟਾ ਬੰਟਾ ਘੰਟਾ ਜੇ ਨਾ ਛੱਡਦੇ ਤਾਂ ਫਿਰ ਸਾਡੀ ਗੱਲ ਬਣਨੀ ਨਹੀਂ ਸੀ ਤੁਹਾਨੂੰ ਵੀ ਲੱਖ ਲੱਖ ਕਰੋੜ ਕਰੋੜ ਮੁਬਾਰਕਾਂ ਡੱਬਾ ਹੀ ਤੁਹਾਨੂੰ ਅਤੇ ਯਾਰ ਬਾਈ ਮਜੀਠੀਆ ਸਾਹਿਬ ਬਾਈ ਉਹਦੇ ਬਹੁਤ ਮੇਰੇ ਹੈ ਨਹੀਂ ਯਾਰ ਐਂ ਨਾ ਕਰੋ ਐਂ ਨਾ ਕਰੋ ਇਹ ਫਿਰ ਬਾਈ ਫਿਰ ਬਰੋਬਰ ਦਾ ਇਹਨਾਂ ਨੂੰ ਦੋ ਦਿਓ ਇੱਕ ਹੋਰ ਫੜਾਓ ਮਗਰ ਪਿਆ ਆਹ ਦੋ ਡੱਬੇ ਜਲਾਲਾਬਾਦ ਇਸ ਬਾਈ ਜੀ ਫਿਰ ਨਾਲ ਪਿੰਨੀ ਜਿਹੜੀ ਦੂਜੀ ਚੇਅਰਮੈਨ ਕਿਹੜੀ ਪਿੰਨੀ ਲੈ ਆਇਆ ਚੇਅਰਮੈਨ ਵੇਸਣ ਵਾਲੀ ਇਹ ਵੇਸਣ ਵਾਲੀ ਜੀ ਬਾਈ ਜੀ ਤੁਹਾਡੇ ਵਾਸਤੇ ਦੋ ਹੈ ਸੋ ਕਿਉਂਕਿ ਸਪੈਸ਼ਲ ਹੈ ਤੁਹਾਨੂੰ ਮਹਿਕਮਾ ਵੀ ਪਹਿਲੀ ਵਾਰੀ ਜਿੱਤੇ ਤੁਹਾਨੂੰ ਮੰਤਰੀ ਬਣਾਤਾ ਮਨਪ੍ਰੀਤ ਬਾਦਲ ਵਿਚਾਰਾ 4 ਵਾਰੀਆਂ ਤੋਂ ਬਾਅਦ ਬਣਿਆ ਤੁਹਾਨੂੰ ਪਹਿਲੀ ਵਾਰੀ ਕੈਬਨਿਟ ਅਤੇ ਮਹਿਕਮੇ ਵੀ ਤੁਹਾਡੇ ਕੋਲ 3-4 ਅਤੇ ਸਾਰਾ ਮਾਝਾ ਵੀ ਤੁਹਾਨੂੰ ਸੰਭਾਲਤਾ ਰਣਜੀਤ ਸਿੰਘ ਬ੍ਰਹਮਪੁਰੇ ਵਰਗੇ ਵਿਚਾਰੇ ਬੈੱਡ 'ਤੇ ਪਏ ਆ ਮੂਧੇ ਢੀਂਡਸਾ ਸਾਹਿਬ ਵੀ ਅਸਤੀਫਾ ਦੇ ਗਏ ਫਿਰ ਤੁਹਾਡਾ ਹੱਕ ਮੰਨਦਾ 2 ਡੱਬਿਆਂ ਸੋ ਲਓ ਬਾਈ ਜੀ ਰਾਜਾ ਵੜਿੰਗ ਹੁਣ ਤੁਹਾਨੂੰ ਜਿੱਤ ਦੀ ਖੁਸ਼ੀ 'ਚ ਜਲਾਲਾਬਾਦ ਦੀ ਜਿੱਤ ਦੀ ਖੁਸ਼ੀ 'ਚ ਸੋ ਜਿਹੜੀਆਂ 3 ਸੀਟਾਂ ਇਹ ਸਾਰੀਆਂ ਇਹ ਤੁਹਾਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਤਾਂ ਮੁਬਾਰਕਬਾਦ ਮੈਂ ਬਾਅਦ 'ਚ ਦਿਆਂਗਾ ਤੁਹਾਨੂੰ ਪਰਿਵਾਰ ਵਾਲੇ ਨੂੰ ਪਹਿਲਾਂ ਮੈਂ ਦਿੱਤੀ ਹੈ ਸੋ ਬਾਈ
ਮੇਰੇ ਲੱਡੂਆਂ ਦਾ ਮੁੱਲ ਜ਼ਰੂਰ ਪਾਇਓ ਯਾਰ। ਸੁਖਬੀਰ ਜੀ ਨੂੰ ਨਾਲ ਰੱਖ, ਸੁਖਬੀਰ ਜੀ ਨਾਲ ਰੱਖ, ਹਾਂ ਸੁਖਬੀਰ ਜੀ ਨੂੰ ਨਾਲ ਰੱਖੋ। ਚੇਅਰਮੈਨ ਸਾਹਿਬ ਵਿਤਕਰਾ ਨਾ ਕਰੋ ਬਾਈ, ਸੁਖਬੀਰ ਜੀ ਗੁੱਸੇ ਹੋ ਜਾਣਗੇ। ਸੋ ਧੰਨਵਾਦ ਦੋਸਤੋ, ਮੈਂ ਇਹ ਮਠਿਆਈ ਖਵਾਈ ਆ ਇਹਨਾਂ ਨੂੰ ਬਾਈ, ਫੋਟੋ ਡਿੱਗ ਨਾ ਪਵੇ, ਹਾਂ ਮੈਂ ਲੱਡੂ ਡਿੱਗ ਪਏ, ਧਿਆਨ ਰੱਖਿਓ। ਸੋ ਦੋਸਤੋ ਇਹ ਕਾਫੀ ਦਿਨਾਂ ਦੇ ਬੜੀਆਂ ਚੀਕ ਚੰਗਿਆੜਾ ਅਤੇ ਰੌਲਾ ਰੱਪਾ ਇਹਨਾਂ ਨੇ ਬੜਾ ਪਾਇਆ ਬਾਦਲ ਵਾਲਿਆਂ ਨੇ। ਇਹਨਾਂ ਨੇ ਕਿਹਾ ਕਿ 25 ਸਾਲ ਰਾਜ ਕਰਾਂਗੇ, ਪਰ ਕਿੱਡੇ ਝੂਠੇ ਗਏ ਉੱਥੇ, ਕੀ ਨਾਂ ਥੋੜ੍ਹਾ ਕਾਲਿਆਂ ਵਾਲੀ ਗਏ, ਇਹ ਉੱਥੇ ਹਰਿਆਣੇ 'ਚ ਗਏ, ਉੱਥੇ ਜਾ ਕੇ ਕਹਿੰਦੇ ਕਿ ਭਾਜਪਾ ਦੀ ਤਾਂ ਕੋਈ ਹਵਾ ਹੀ ਹੈ ਨਹੀਂ, ਭਾਜਪਾ ਤਾਂ ਜਾ ਚੁੱਕੀ ਹੈ। ਇਹਨੇ ਫਿਰ ਪ੍ਰਕਾਸ਼ ਸਿੰਘ ਬਾਦਲ ਦੀ ਡਿਊਟੀ ਲਾਤੀ ਕਿ ਬਾਦਲ ਸਾਹਿਬ ਸਾਨੂੰ ਹੁਣ 6 ਸੀਟਾਂ ਲੈ ਕੇ ਦੇਣ, ਸਰਕਾਰ ਸਾਡੀ ਬਣਾਉਣ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਕਿੰਨੇ ਝੂਠੇ ਲੋਕ ਨੇ, ਕਿ 40 ਕਿਲੋਮੀਟਰ 'ਤੇ ਕੀ ਝੂਠ ਬੋਲਦੇ ਨੇ, 40 ਕਿਲੋਮੀਟਰ ਇੱਧਰਲੇ ਪਾਸੇ ਕੀ ਕਹਿੰਦੇ ਨੇ। ਸੋ ਅੱਜ ਤੁਸੀਂ ਸੱਚ ਲੋਕਾਂ ਨੇ ਬਿਆਨ ਕਰਤਾ ਮੇਰੇ ਸਰਕਾਰਯੋਗ ਪੰਜਾਬ ਦੇ ਲੋਕੋ। ਔਰ ਮੇਰੀ ਇੱਕ ਗੱਲ ਯਾਦ ਰੱਖਿਓ, ਜਿਹੜਾ 25 ਸਾਲ ਦਾ ਸੁਪਨਾ ਸੀ ਨਾ ਸੁਖਬੀਰ ਜੀ, ਉਹ ਤੁਹਾਡਾ ਜ਼ਰੂਰ ਪੂਰਾ ਹੋਏਗਾ, ਲੇਕਿਨ 25 ਸਾਲ ਸੱਤਾ ਤੋਂ ਬਾਹਰ ਰਹਿ ਕੇ ਤੁਹਾਡਾ ਸੁਪਨਾ ਜਿਹੜਾ ਪੂਰਾ ਹੋਏਗਾ। ਲੋਕ ਜਾਣ ਚੁੱਕੇ ਆ ਤੁਹਾਡੀ ਅਸਲੀਅਤ। ਅੱਜ ਰਾਜਸਥਾਨ 'ਚੋਂ 1 ਸੀਟ ਕੋਈ ਹੋਰ ਲੈ ਗਿਆ, 1 ਸੀਟ ਕਾਂਗਰਸ ਲੈ ਗਈ, ਜਿੱਥੇ ਹੁਣੇ ਸਰਕਾਰ ਬਣਿਆ ਨੂੰ ਹੋਇਆ। 2.5 ਸਾਲ ਹੋ ਗਏ ਸਰਕਾਰ ਬਣੀ ਨੂੰ ਕਾਂਗਰਸ ਪਾਰਟੀ ਨੂੰ, 3.5 ਸਾਲ ਐਂਟੀ ਇਨਕੰਬੈਂਸੀ ਫੁੱਲ ਜ਼ੋਰਾਂ 'ਤੇ ਹੈ, ਜੇ ਕਿਸੇ ਚੀਜ਼ ਦਾ ਵਿਰੋਧ ਹੈ ਤਾਂ ਉਹ ਫੁੱਲ ਜ਼ੋਰਾਂ 'ਤੇ ਹੈ। ਸੋ ਤੁਸੀਂ ਭੁੱਲ ਜਾਓ ਕਿ ਕਦੇ ਸਰਕਾਰ 'ਚ ਤੁਸੀਂ ਵਾਪਸ ਆਓਗੇ। ਔਰ ਮੈਂ ਜਿਹੜੇ ਸੋ ਕਾਲਸ ਅਕਾਲੀ ਦਲ ਦੇ ਜਿਹੜੇ ਰੋਜ਼ ਟਪੂਸੀਆਂ ਮਾਰਦੇ ਕੁਝ ਲੋਕ, ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ, ਹਜੇ ਅਗਲੇ 7 ਸਾਲ ਸਾਡੇ ਪਏ ਹੈ, ਧਿਆਨ ਨਾਲ ਬਚ ਕੇ ਆਰਾਮ ਨਾਲ। ਅਤੇ ਮੈਂ ਆਪਦੀ ਭੈਣ ਨੂੰ ਬੀਬਾ ਜੀ ਹਰਸਿਮਰਤ ਕੌਰ ਬਾਦਲ ਨੂੰ ਕਹਿਣਾ ਚਾਹੁੰਦਾ, ਬੀਬਾ ਜੀ ਮੇਰੀ ਹੱਥ ਜੋੜ ਕੇ ਬੇਨਤੀ ਹੈ, ਮੈਂ ਗੁੰਡਾ ਨਹੀਂ, ਮੇਰੀ ਘਰ ਵਾਲੀ ਬਹੁਤ ਗੁੱਸਾ ਕਰਦੀ ਇਸ ਗੱਲ 'ਤੇ ਜੋ ਤੁਸੀਂ ਗੁੰਡਾ ਕਹਿੰਦੇ ਹੋ। ਉਹ ਨਿੱਕੇ ਨਿੱਕੇ ਨਿਆਣੇ ਹੈ ਜੀ ਮੇਰੇ, ਪਰ ਮੈਂ ਤਾਂ ਕਦੇ ਮੈਂ ਕਹਿੰਦਾ ਕਿ ਤੁਹਾਡੇ ਨਾਲ ਤਾਂ ਸ਼ਰੀਫ ਹੀ ਕੋਈ ਨਹੀਂ। ਜਨਰਲ ਡਾਇਰ ਤੋਂ ਲੈ ਕੇ ਹੁਣ ਤੱਕ ਸਮਾਨ, ਜੋ ਸਿਸਟਮ, ਜੋ ਪੈਸਾ ਧੇਲਾ, ਮੇਰੇ ਖਿਲਾਫ ਮਨਰੇਗਾ ਦੀ ਇਨਕੁਆਇਰੀ, ਰਾਜੇ ਨੇ ਬੜਾ ਵੱਡਾ ਘਪਲਾ ਕੀਤਾ, 7 ਕਰੋੜ ਦੇ ਗਹਿਣੇ, ਬੱਸਾਂ। ਸੋ ਜਨਤਾ ਤੁਹਾਨੂੰ ਜਾਣਦੀ ਹੈ, ਤੁਹਾਡੇ ਉੱਚੀ ਬੋਲਣ ਨਾਲ, ਚੀਕਣ ਨਾਲ ਕੋਈ ਫਰਕ ਨਹੀਂ ਪੈਣਾ। ਸੋ ਮੈਂ ਤੁਹਾਨੂੰ ਵਧਾਈ ਦਿੱਤੀ ਹੈ, ਕਿਰਪਾ ਕਰਕੇ ਵੱਡੇ ਦਿਲ ਨਾਲ ਇਹ ਵਧਾਈ ਨੂੰ ਕਬੂਲਿਓ ਅਤੇ ਜਨਤਾ ਦਾ ਧੰਨਵਾਦ ਕਰਨ ਜਲਾਲਾਬਾਦ, ਜਿੱਥੋਂ ਨੂੰ ਲੋਕ ਡੀਕੀ ਹੀ ਜਾਂਦੇ ਆ, ਕਿਉਂਕਿ ਤੁਸੀਂ ਵਾਹਵਾ 3-4 ਦਿਨ ਇਹ ਵੀ ਕਿਹਾ ਵੀ ਮੈਂ ਇੱਥੇ ਹੀ ਰਹਾਂਗੀ। ਜਲਾਲਾਬਾਦ ਵਾਲੇ ਸਾਰੀਆਂ ਬਰਾਦਰੀਆਂ ਦੇ ਭਰਾ ਤੁਹਾਨੂੰ ਉਡੀਕਦੇ ਆ, ਉਹ ਕਹਿੰਦੇ ਬੀਬੀ ਜੀ ਨੂੰ ਭੇਜੋ, ਅਸੀਂ ਸਵਾਗਤ ਕਰਨਾ ਹੈ ਤੁਹਾਡਾ। ਸਾਰਿਆਂ ਦਾ, ਸਾਰੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ। ਦੁਬਾਰਾ ਫਿਰ ਜਲਾਲਾਬਾਦ ਦੇ ਲੋਕਾਂ ਨੂੰ ਮੈਂ ਸਲਾਮ ਕਰਦਾ, ਜਿਨ੍ਹਾਂ ਦੀ ਕਿਰਪਾ ਦੇ ਸਦਕਾ ਅੱਜ ਰਮਿੰਦਰ ਆਵਲਾ ਨੂੰ ਜਿੱਤ ਪ੍ਰਾਪਤ ਹੋਈ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਵਧਾਈ ਦਿੰਦਾ ਹੈ, ਔਰ ਸੁਨੀਲ ਜਾਖੜ ਨੂੰ, ਔਰ ਸਮੁੱਚੀ ਕਾਂਗਰਸ ਪਾਰਟੀ ਨੂੰ ਇਹ ਸਾਰੀਆਂ ਸੀਟਾਂ ਦੀ ਮੈਂ ਵਧਾਈ ਦਿੰਦਾ ਹੈ। ਔਰ ਨਾਲ ਹੀ ਨਾਲ ਮੈਂ ਉਹਨਾਂ ਤਮਾਮ ਸੱਜਣਾਂ ਦਾ ਜਿਨ੍ਹਾਂ ਨੇ ਸਾਡੇ ਨਾਲ ਜਲਾਲਾਬਾਦ 'ਚ ਕੰਮ ਕੀਤਾ, ਮੇਰੇ ਨਾਲ ਤਮਾਮ ਸਾਡੇ ਮੰਤਰੀ ਸਾਹਿਬਾਨ ਜਿਨ੍ਹਾਂ ਨੇ ਜੀ ਜਾਨ ਵਾਹਨ ਲਾਈ, ਤਮਾਮ ਉਹ ਸਾਥੀ ਸਾਹਿਬਾਨ ਜਿਨ੍ਹਾਂ ਨੇ ਪੂਰਾ ਜ਼ੋਰ ਲਾ ਕੇ ਜਲਾਲਾਬਾਦ ਨੂੰ ਇੱਕ ਮੁੱਠ ਕੀਤਾ, ਲੋਕਲ ਲੀਡਰ ਸਾਹਿਬਾਨ। ਸੋ ਬਹੁਤ ਬਹੁਤ ਮੁਬਾਰਕਾਂ, ਦੁਬਾਰਾ ਫਿਰ ਜ਼ਿੰਦਾਬਾਦ।